है ब्राइटनेस बोल रहे नहीं और चुप सुन जो ना सारे ये सोचते हैं मैनू कहिंदे भी मैसेज ही करते मेरे यार मित्र मेरे भरा कि बई तू इनू बिगाड़ता तू इनू उम्र तो समझाया नहीं या डके नहीं समझाऊंदे बड़ा रहे इनू अहीं जिहड़े करके हुण ये इदां लक्षण करदा पिया चार महीने पहला इनू समझाया मैं आ मेरा छोटा भरा निशान एक मेरा छोटा भरा शेरा मेरे तो बकायदा ये दो बंदे इनू फोन मैसेज कि उन्नी मैं नहीं यदि पुछ गिछ करता जिनी ये मेरे तो बिना कर देंगे कि चल यार कुछ गल् होंदियाँ कि सका भरा सके ना नहीं शेयर कर सकता नाल का बंदा पुछ लेंदा उन्होंने पुछ जिथे लोड़ आ मेरे तो बकायदा ये मदद करते हर थान तो ना खड़ते हैं इन्ह बंद ने इनू पता नहीं किन्नी क बार समझाया सानू कह देना ठीक है अहीनू मना नहीं करते जिथे मर्जी जाए यार जो मर्जी करे गड्डिया भी दे दी पैसे भी दे दी जो मर्जी करे ढंग हों वादू समझा समझा वेख लिया पहला सोचा एक करी हाथ हौला करांगे पर कुटन का भी कोई फायदा नहीं अजकल आंदे ना जवाक सलफास बड़ी जल्दी सलफास सलफास फिर रखना मैं फिर वीडियो चलनी होना कहो नहीं आ ते उन्हें जोड़ जोड़ च पी लेनी बाद को हो गया फिर अपन भा दी खून तो फिर भी अपना ही आ ओही ना फिर इन्हां सलफास चेते आ जांदी जदों मेरे वर्गा दो चपेड़ा ला दे ना फिर सलफास चेते आ जानी हर एक चीज लट 19 साल 18 साल दी उम्र नहीं जदों इहनू केटियां वा बुलेट दे थल्ले थार एक्सयूवी ਡਰਾਈਵਰ ਠੀਕ ਹੈ ਮਾੜਾ ਮੋਟਾ ਪਿੰਡ ਤੱਕ ਲੈ ਜੇ ਨਹੀਂ ਦੇਖਦੀ ਅਸੀਂ ਵੀ ਬਹੁਤ ਪੁੱਠੇ ਪੰਗੇ ਲਏ ਆ ਨਿੱਕੇ ਹੁੰਦੇ ਬਹੁਤ ਸਾਰੇ ਗਲਤ ਕੰਮ ਕਰਦੇ ਬੜੇ ਕਰਦੇ ਆਪਣੇ ਕੀਤੇ ਭਰਾਵਾਂ ਨੂੰ ਘੂਸੇ ਲਾਈ ਜਾਓ ਤੇ ਬੁੱਢੀ ਪਿੱਛੇ ਲੱਗ ਜਾਓ ਇਹੋ ਜਿਹੇ ਕੰਮ ਨਾ ਕਦੀ ਕੀਤੇ ਤੇ ਨਾ ਕਦੀ ਕਰਾਂਗੇ ਟਾਈਮ ਨਾ ਕਲਾ ਜੂ ਹਰ ਇੱਕ ਬੰਦਾ ਆਪਣੀ ਥਾਂ ਤੇ ਹੁੰਦਾ ਹਜੇ ਕਿ ਇਕੱਲਾ ਇਕੱਲਾ ਬੰਦਾ ਜਿਹੜਾ ਆਪਾਂ ਨੂੰ ਜਾਣਦਾ ਨਹੀਂ ਦੂਰ ਦੂਰ ਤੇ ਆਪਾਂ ਨੂੰ ਵੀ ਕਹਿੰਦੇ ਉਹਨੂੰ ਵੀ ਕਹਿੰਦੇ ਵੀ ਵੀਰ ਨਹੀਂ ਸਹੀ ਆਹ ਚੀਜ਼ ਸਹੀ ਆਹ ਸਹੀ ਜਦੋਂ ਅਕਲ ਤੇ ਪੜਦਾ ਪਿਆ ਹੋਵੇ ਨਾ ਬੰਦੇ ਦੇ ਉਹ ਜਿੰਨਾ ਮਰਜ਼ੀ ਕੋਈ ਸਮਝਾਈ ਜਾਵੇ ਕਿਹ ਤੇ ਕਹਿ ਤੇ ਨਹੀਂ ਹੋਣਾ जो भी कर रहे पालिया बाबे हथी हूं ओनू बोल नहीं सकते ना ही मार सकते अक्सर भरा गा सा भी ठीक है ना ਉਹਨੂੰ ਘਾਟ ਵੀ ਨਹੀਂ ਕੋਈ ਚੀਜ਼ ਦੀ ਦੱਸੋ ਉਹਨੂੰ ਉਹਨੇ ਅੱਜ ਤੱਕ ਉਹਨੂੰ ਕੀ ਸ਼ੌਂਕ ਨਹੀਂ ਪੂਰਾ ਕੀਤਾ ਉਹਦਾ ਸਾਰਿਆਂ ਨਾਲੋਂ ਵੱਧ ਐਸ਼ ਕਰਦਾ ਸੀ ਇਹ ਤਾਂ ਵਿਗੜਿਆ ਸਾਰਾ ਕੁਝ ਹੱਥ ਸੀ ਬਾਕੀ ਮੈਂ ਕੋਲ ਜਾਂਦਾ ਰਿਹਾ ਇਹਨਾਂ ਦੇ ਸਾਰਿਆਂ ਨਾਲੋਂ ਵੱਧ ਉਹਨੂੰ ਪਹਿਲਾਂ ਜੋ ਵੀ ਕੁਛ ਹੈਗਾ ਮੋਟਰਸਾਈਕਲ ਹੋਰ ਗੱਡੀ ਜਿਹੜੀ ਮਰਜ਼ੀ ਨੂੰ ਹੱਥ ਪਾ ਲਏ ਜੇ ਉਹ ਕਹਿ ਵੀ ਦਿੰਦਾ ਸੀ ਵੀ ਅੱਜ ਮੈਂ ਆਹ ਲੈ ਕੇ ਕੋਈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜਿਹੜੀ ਵੀ ਜੇ ਕੋਈ ਸੀ ਪਹਿਲਾਂ ਹੀ ਮਤਲਬ ਬਸ ਹੁਣ ਖਤਮ ਤੇ ਖਤਮ ਹੁਣ ਵਾਧੂ ਸਮਝਾ ਕੇ ਵੇਖ ਲਿਆ ਨਾ ਹੀ ਸਮਝਾਉਣਾ ਨਾ ਹੀ ਉਹਨੂੰ ਹੱਥ ਲਾਉਣਾ ਆਪੇ ਸਮਝੋ ਜਿੱਦਾਂ ਸਮਝੂਗਾ ਜਿੱਦਾਂ ਮਨ ਚ ਲਾਵੇ ਜੋ ਮਰਜ਼ੀ ਹੋਵੇ ਕੋਈ ਲੜੇ ਕੋਈ ਕੁੱਟੇ ਮਾਰੇ ਇਹ ਕਿਸੇ ਨੂੰ ਕੁੱਟੇ ਬਾਕੀ ਸਾਡੀ ਜੁਬੇ ਕੋਈ ਦਾਦੀ ਨਹੀਂ ਸਾਡੇ ਕਿਸੇ ਨਾਲ ਕੋਈ ਨਹੀਂ ਇਹਨਾਂ ਨੂੰ 100 ਫੋਨ ਲਾਵੇ ਅਸੀਂ ਫੋਨ ਨਹੀਂ ਕੋਈ ਚੁੱਕਣਾ ਪਰਦਾ ਜਲਦੀ ਦੂਰ ਹੋਣ ਵਾਲਾ ਵਾ खानी अपनी आप च खाओ के भंडन दे गल ती आप च रखो पहला वेख लिया करो ਵੀ ਕਿਸੇ ਰੀਅਲ ਆਈ ਡੀ ਵਾਲੇ ਨੇ ਕੁਛ ਲਿਖਿਆ ਕਿ ਫੇਕ ਵਾਲੇ ਨੇ ਲਿਖਿਆ ਵਾ ਫੇਕ ਵਾਲਾ ਸਮਝ ਕੇ ਤੇ ਅਗਲੇ ਦੀ ਫੋਟੋ ਪਾ ਦੇਣੀ ਵੀਡੀਓ ਪਾ ਦੇਣੀ ਬੜੀ ਚੰਗੀ ਗੱਲ ਨਹੀਂ ਹੈ ਦਿੰਦੇ ਬੁੱਢੀ ਨਾ ਵੀ ਕੀ ਹੁਣ ਬੁੱਢੀ ਨੂੰ ਕਹੀਏ ਜੇ ਤੁਹਾਡਾ ਬੰਦਾ ਗਲਤ ਆ ਅਸੀਂ ਕਿਸੇ ਨੂੰ ਵੀ ਕਹਿ ਸਕਦੇ ਹਾਂ ਟਾਈਮ ਤੋਂ ਪਹਿਲਾਂ ਜਦੋਂ ਸਭ ਕੁਝ ਮਿਲ ਜਾਏ ਨਾ ਫਿਰ ਇੱਦਾਂ ਹੁੰਦਾ ਹੁੰਦਾ ਕਿਉਂ ਨਿਸ਼ਾਨੇ ਆ दिमाग ते पड़दा पिया हुंदा वा इन्ना भी नहीं पड़दा पिया हुंदा जिन्ना इहदे पै गया चार पांच महीने पहला जवाक ही होनी आ पांच महीने पहलां दी गल आ पंजां महीने जी को दम ही जाउंदी जिहड़ा इक इंच आपां नूं नहीं जिहड़ी इहदे च ਘਰਦਿਆਂ ਨੇ ਘਰਦਿਆਂ ਤੋਂ ਨਹੀਂ ਨਾ ਕਦੇ ਫੁੱਦੂ ਲਾਇਆ
ਬਾਕੀ ਲੋਕ ਪਿਆਰ ਤੇਰੇ ਕਰਕੇ ਕਰਦੇ ਓਹਨੂੰ ਵੀ ਜੇ ਓਹਦੇ ਮਨ ਚ ਕੀੜਾ ਹੋਵੇ ਨਾ ਢਿੱਲਾ ਉੱਠਿਆ ਨਿੱਕਾ ਢਿੱਲਾ ਉੱਠਿਆ ਇੰਨੇ ਪਹਿਲਾਂ ਸਟੋਰੀਆਂ ਪਾਉਂਦਾ ਰਿਹਾ ਨਿੱਕਾ ਭਰਾ ਕਰੋ ਫੋਲੋ ਕਰ ਦੋ 300 ਕੇ 500 ਕੇ ਕਰ ਲਓ ਸਿਰ ਚ ਸਵਾਹ ਸਟੋਰੀਆਂ ਪਾਓ ਤੇ ਸਿਰ ਚ ਸਵਾਹ ਪਾਓ ਹੱਥੀ ਪਾ ਲਓ ਦੁੱਖ ਲੱਗਦਾ ਨਾ ਜਦੋਂ ਹੱਥੀ ਬਾਕੀ ਸਮਝਾ ਕੇ ਵੇਖ ਲਿਆ ਕੱਲੇ ਕੱਲੇ ਵੀਰ ਨੇ ਜਿਹੜੇ ਆਪਣੇ ਭਰਾ ਖਾ ਸਾਰੇ ਨੇ ਸਮਝਾ ਕੇ ਆਪਣੀ ਨਵੀਂ ਲੈ ਗਏ ਆਪਣੀ ਘੁੰਮੀ ਫਿਰੇ ਜਿਹਨੂੰ ਮਰਜ਼ੀ ਪਾਵੇ ਸਾਡੇ ਵੱਲੋਂ 5 ਹੋਰ ਵਾਲੇ ਸਾਡੇ ਜਿਹਨੂੰ ਮਰਜ਼ੀ ਪਾਵੇ ਸਾਨੂੰ ਕੋਈ ਦਿੱਕਤ ਨਹੀਂ ਪਰ ਜਿਹਨਾਂ ਨੂੰ ਲਭਾਉਣਾ ਜੇ ਉਹ ਸਾਡੇ ਬਾਰੇ ਬੋਲਣਗੀਆਂ ਤਾਂ ਫਿਰ ਉਹੋ ਜਿਹਾ ਸੁਣਨਗੀਆਂ ਬਾਕੀ ਅਸੀਂ ਮੁੰਡੇ ਹਾਂ ਅਸੀਂ ਕੁੜੀਆਂ ਨੂੰ ਐਵੇਂ ਮੂੰਹ ਨਹੀਂ ਲਾਉਂਦੇ ਬਾਹਲਾ ਜਿਹਨੂੰ ਸਾਨੂੰ ਜਾਣਦੇ ਨੇ ਜਿਹਨੂੰ ਅਸੀਂ ਜਵਾਬ ਕੇ ਦਈਏ ਹਾਂ ਅਸੀਂ ਤੈਨੂੰ ਜਾਣਦੇ ਹਾਂ ਤੇਰੇ ਕਰਕੇ ਸਾਰਾ ਕੁਛ ਪਤਾ ਉਹਨੂੰ ਕੋਈ ਲਿੰਕ ਨੀ ਨਾ ਉਹਨੂੰ ਭਰਾ ਉਹਦੇ ਬਾਰੇ ਅੱਜ ਤੋਂ ਬਾਅਦ ਕੋਈ ਮੈਸੇਜ ਕਰੇ ਮਾਂ ਵੀਰ ਕਿੱਥੇ ਆ ਵੀਰ ਸੁਧਰ ਗਿਆ ਸਾਡੇ ਵੱਲੋਂ ਸੁਧਰੇ ਨਾ ਸੁਧਰੇ ਕੋਈ ਚੱਕਰ ਨੀ ਸਾਨੂੰ ਉਹਦੇ ਵੱਲੋਂ ਕੋਈ ਕੁੜੀ ਵੱਲੋਂ ਮੁੰਡੇ ਵੱਲੋਂ ਕੋਈ ਮੈਸੇਜ ਹੋਣਾ ਚਾਹੀਦਾ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਅਸੀਂ ਆਪਣੇ ਲਾਈਫ ਜੀਣਾ ਨੂੰ ਆਪਣਾ ਫਨ ਕਰਨ ਤੋਂ ਸ਼ੁਰੂ ਹੋਈ ਗੱਲ ਇਹ ਇਹਨੂੰ ਇੱਕ ਦਿਨ ਫੋਨ ਕੀਤੇ ਆਪਾਂ ਚੰਡੀਗੜ੍ਹ ਗਏ ਸ਼ੇਰੇ ਘਰੇ ਲਾਓ ਇਹਨੂੰ ਫੋਨ ਕੀਤੇ ਬਈ ਇਹਨੇ ਫੋਨ ਨਾ ਚੁੱਕੇ ਟੈਨਸ਼ਨ ਹੋ ਜਾਂਦੀ ਠੀਕ ਹੈ ਬਈ ਧਿਆਨ ਰੱਖੀ ਦਾ ਇਹਦਾ ਇਹਨੇ ਆਪਣੇ ਯਾਰ ਨੂੰ ਫੋਨ ਚੁੱਕਿਆ ਤਾਂ ਕਹਿੰਦਾ ਮੰਮੀ ਨਹੀਂ ਠੀਕ ਹੋਸਪਿਟਲ ਆਏ ਹਾਂ ਮੈਂ ਵੀਡੀਓ ਕਾਲ ਕਰਦਾ ਯਾਰ ਨੂੰ ਕਿਹਾ ਉਹ ਵੀਡੀਓ ਕਾਲ ਕਰਕੇ ਤਾਂ ਹਾਲੇ ਮੈਨੂੰ ਮੈਡ ਵਿਖਾਉਣ ਡਿਆ ਮੈਂ ਚਪੇੜ ਮਾਰ ਕੇ ਆਉਂਦੇ ਮੁੱਦਾ ਮਾਰ ਦੂੰ ਮੈਂ ਸਾਲਿਆ ਹੋਸਪਿਟਲਾਂ 'ਚ ਮੈਡੀਕਲ ਲੱਗਦੇ ਉੱਥੇ ਚੀਜ਼ਾਂ ਡੁੱਲੀਆਂ ਹੁੰਦੀਆਂ 50 ਤਰ੍ਹਾਂ ਦੀਆਂ ਮੈਂ ਉਹਨੂੰ ਮਾੜਾ ਦਲਕਾ ਮਾਰਿਆ ਉਹਨੂੰ ਸਾਰਾ ਕੁਝ ਦੱਸਤਾ ਉਹਨੇ ਅਸੀਂ ਵੀਰ ਦੀ ਕੁੜੀ ਨੂੰ ਮਿਲਣਾ ਮੈਂ ਕਿਹਾ ਭਰਾ ਦੱਸ ਤੇ ਦਿਆ ਕਰੋ ਜਿੱਥੇ ਮਰਜ਼ੀ ਜਾਓ ਉੱਥੇ ਖਾਓ ਮੈਂ ਫੋਨ ਕਰੀ ਚੁੱਕਦੇ ਸਾਨੂੰ ਕੁਛ ਨੀ ਪਤਾ ਉਹਦੇ ਬਾਰੇ ਅਸੀਂ ਨਾ ਉਹਨੂੰ ਕਹਿਣਾ ਨਾ ਫੋਨ ਲਾਉਣਾ ਨਾ ਕੁਛ ਸਿਰ ਤੇ ਹੀ 10 ਜਣੇ ਖਲੋਤੇ ਹੁੰਦੇ ਵੀ ਬੰਦਾ ਕੋਈ ਕਰੇ ਨਾਲ ਹੀ ਸਮਝਾਉਣ ਵਾਲੇ ਉੱਤੇ ਆ ਜਾਂਦੇ ਕੋਈ ਨੀ ਸੁਧਾਰ ਸਕਦਾ ਫਿਰ ਓਕੇ ਪਤਾ ਕਿਹੜਾ ਪਈ